ਦੀ ਆਵਾਜ਼ ਦੇਖ ਕੇ ਬੱਚਿਆਂ ਦਾ ਸਵਾਗਤ ਹੈ। ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਘੱਗਾ। ਕੱਲ੍ਹ ਰਾਤ 10 ਵਜੇ ਕਰੀਬ ਹੈ ਅਤੇ ਬਹੁਤ ਹੀ ਜ਼ਿਆਦਾ ਭਿਆਨਕ ਹਾਦਸਾ ਹੋਇਆ ਹੈ, ਟਰੱਕ ਹਾਦਸਾ ਹੋਇਆ ਹੈ। ਜੋ ਟਰੱਕ ਸੀ, ਜੋ ਬਹੁਤ ਪੁਰਾਣਾ ਦਰੱਖਤ ਸੀ ਰੋਡ ਦੇ ਉੱਤੇ, ਉਹਦੇ ਵਿੱਚ ਜਾ ਕੇ ਵੱਜਿਆ। ਉਹਦੀ ਲੋਕਾਂ ਦਾ ਕਹਿਣਾ ਕਿ ਉਹਦੀ ਆਪਣੀ ਅਲਗਰਜੀ ਨਾਲ, ਆਪਣੀ ਲਾਪਰਵਾਹੀ ਕਾਰਨ, ਦਾਰੂ ਪੀਣ ਕਰਕੇ ਇਹ ਐਕਸੀਡੈਂਟ ਹਾਦਸਾ ਜੋ ਰਾਤ ਵਾਪਰਿਆ, ਤੁਹਾਨੂੰ ਸਾਰਾ ਦਿਖਾਵਾਂਗੇ ਅਸੀਂ। ਇਹ ਦੇਖੋ ਤੁਸੀਂ, ਇੱਥੇ ਸਰਕਾਰੀ ਬੱਸ ਸਟੈਂਡ 'ਚ ਬਾਥਰੂਮ ਬਣੇ ਹੋਏ ਨੇ, ਬਾਥਰੂਮਾਂ ਦੇ ਵਿੱਚ ਜਾ ਕੇ ਟੱਕਰ ਵੱਜੀ ਹੈ ਜੀ। ਇਹ ਦੇਖੋ, ਇਹ ਦਰਖਤ ਹੈ ਜੋ ਜੜੋਂ ਹੀ ਪੁੱਟ ਚੁੱਕਿਆ ਹੈ। ਇਹ ਜੋ ਸਾਹਮਣੇ ਟਰੱਕ ਖੜ੍ਹਾ ਹੈ, ਇਸੇ ਦਾ ਹੀ ਐਕਸੀਡੈਂਟ ਹੋਇਆ। ਤੁਹਾਨੂੰ ਸਾਰਾ ਏਰੀਆ ਕਵਰੇਜ ਕਰਾਵਾਂਗੇ। ਮੇਨ ਰੋਡ ਘੱਗੇ 'ਚ ਇਹ ਐਕਸੀਡੈਂਟ ਹੋਇਆ ਹੈ। ਇਹ ਕਾਫੀ ਵਾਰਦਾਤਾਂ ਇੱਥੇ ਪਹਿਲਾਂ ਵੀ ਹੋ ਚੁੱਕੀਆਂ ਨੇ, ਕਿਉਂਕਿ ਮੇਨ ਰੋਡ ਹੈ ਇਹ। ਇਹੋ ਟਰੱਕ ਹੈ ਜਿਹਦਾ ਬਹੁਤ ਜ਼ਿਆਦਾ ਘੱਗੇ ਰੋਡ 'ਤੇ ਭਿਆਨਕ ਐਕਸੀਡੈਂਟ ਹੋਇਆ, ਤੁਹਾਨੂੰ ਸਾਰਾ ਦਿਖਾਉਂਦੇ ਹਾਂ। ਲੋਕਾਂ ਦਾ ਕਹਿਣਾ ਹੈ ਕਿ ਪਤਾ ਨਹੀਂ ਇਸ ਡਰਾਈਵਰ ਦੀ ਜਾਨ ਬਚੀ ਹੈ ਜਾਂ ਨਹੀਂ, ਉਹਦੀ ਆਪਣੀ ਲਾਪਰਵਾਹੀ ਕਰਕੇ ਇਹ ਵਾਰਦਾਤ ਜੋ ਰਾਤ ਹੈ ਵਾਪਰੀ ਗਈ ਹੈ। ਇਹ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਇੱਥੇ। ਇਹ ਟਰੱਕ ਦਾ ਨੰਬਰ ਹੈ। ਜੋ ਮੂਰਲਾ ਫਰੰਟ ਹੈ ਤਾਂ ਬਿਲਕੁਲ ਹੀ ਚਕਨਾ ਚੂਰ ਹੋ ਚੁੱਕਿਆ ਟਰੱਕ ਦਾ। ਜੋ ਟਰੱਕ ਡਰਾਈਵਰ ਹੈ ਇਹਦੇ ਵੀ ਕਾਫੀ ਸੱਟਾਂ ਲੱਗੀਆਂ ਨੇ ਇੱਥੇ ਖੜ੍ਹੇ। ਆਪਾਂ ਇਹਦੇ ਨਾਲ ਗੱਲਬਾਤ ਕਰਦੇ ਹਾਂ। ਕੀ ਨਾਂ ਹੈ ਆਪਣਾ ਵੀਰ ਜੀ? ਵਿਕਰਮ। ਠੀਕ ਹੈ, ਕਿੱਥੋਂ ਹੋ ਤੁਸੀਂ? ਮੈਂ ਚੂਰੂ ਰਾਜਸਥਾਨ ਤੋਂ। ਬੋਲੋ ਹਿੰਦੀ। ਠੀਕ ਹੈ, ਕੀ ਹਾਦਸਾ ਹੋਇਆ ਆਪਣੇ ਸਾਥ ਰਾਤ ਯਹਾਂ ਪੇ? ਮੇਰੇ ਕੋ ਲਾਈਟੋਂ ਮੈਂ ਦਿਖਾਈ ਨਹੀਂ ਦਿਆ, ਕੁਛ ਸਾਹਮਣੇ ਸੇ ਲਾਈਟ ਪੜ ਗਈ ਤੋ ਮੇਰੇ ਦਿਖਾਈ ਨਹੀਂ ਦਿਆ, ਇਸ ਲਈ ਗਾੜੀ ਕੀ ਪੇ। ਨੀਂਦ ਮੇ ਥੇ ਆਪ ਕੇ? ਨਹੀਂ ਨਹੀਂ, ਨੀਂਦ ਮੇ ਨਹੀਂ ਥਾ। ਅੱਛਾ, ਕੋਈ ਜ਼ਿਆਦਾ ਚੋਟ ਵਗੈਰਾ ਲੱਗੀ ਹੈ ਆਪਕੇ? ਜ਼ਿਆਦਾ ਨਹੀਂ ਲੱਗੀ, ਖੜਾ ਸਾ ਲੱਗਾ। ਠੀਕ ਹੈ, ਆਪਾਂ ਧਿਆਨ ਨਹੀਂ ਗਏ, ਅੱਗੇ ਲਾਈਟੇ ਪੜ ਰਹੀ ਸੀ ਆਪਕੇ ਉੱਪਰ। ਧਿਆਨ ਨਹੀਂ ਗਿਆ ਨਾ, ਮੈਂ ਸਾਹਮਣੇ ਸੇ ਕੁਛ ਨਹੀਂ ਦਿਖਾਇਆ ਮੇਰੇ ਕੋ, ਮੇਰੇ ਹਿਸਾਬ ਸੇ ਕੁਛ ਨਹੀਂ ਦਿਖਾਇਆ। ਅੱਛਾ, ਠੀਕ ਹੈ। ਕੀ ਹੈ ਜੋ ਹਾਦਸਾ ਹੋਇਆ ਹੈ, ਆਪਣੇ ਵਿੱਚ ਚੌਕੀਦਾਰ ਵੀ ਮੌਜੂਦ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਅੰਕਲ ਜੀ ਆਪਣਾ? ਮੇਰਾ ਨਾਮ ਛੱਜੂ ਸਿੰਘ ਹੈ ਜੀ। ਠੀਕ ਹੈ, ਤੁਸੀਂ ਘੱਗੇ ਦੀ ਰਹਿਣੇ ਵਾਲੇ ਹੋ? ਹਾਂਜੀ ਹਾਂਜੀ। ਰਾਤ ਇਹ ਜੋ ਐਕਸੀਡੈਂਟ ਹੋਇਆ, ਟਰੱਕ ਐਕਸੀਡੈਂਟ ਹੋਇਆ, ਕਿਵੇਂ ਹੋਇਆ ਜੀ ਵਾਰਦਾਤ? ਇਹ ਸਮਾਣੇ ਕੋਲੋਂ ਗੱਡੀ ਆ ਰਹੀ ਸੀ। ਅੱਛਾ ਜੀ। ਹਾਂਜੀ, ਇਹ ਹੋਇਆ ਜੀ ਸਵਾ 10:10 ਤੇ ਹੋਇਆ। ਤੁਸੀਂ ਉਸ ਟਾਈਮ ਇੱਥੇ ਸੀਗੇ? ਹਾਂਜੀ ਹਾਂ, ਮੈਂ ਬਾਥਰੂਮ ਲੈਟਰਿੰਗ ਹੋ ਕੇ ਗਿਆ। ਠੀਕ ਹੈ ਜੀ, ਮੇਰਾ ਵੀ 1 ਮਿੰਟ ਦਾ ਫਰਕ ਰਹਿ ਗਿਆ ਬਸ। ਚੌਕੀਦਾਰ। ਅੱਛਾ ਜੀ, ਕਿਵੇਂ ਚੌਕੀਦਾਰ ਹੋ ਤੁਸੀਂ? ਮੈਂ ਇੱਥੇ ਹਾਂ ਸ਼ਹਿਰ ਦਾ ਚੌਕੀਦਾਰ ਰੱਖਿਆ ਹੋਇਆ। ਠੀਕ ਹੈ ਸਰ, ਤੁਹਾਡ੾ ਸਾਹਮਣੇ ਹੋਇਆ ਸੀ ਤਾਂ ਇਹ ਹਾਦਸਾ? ਹਾਂਜੀ ਹਾਂ, ਸਾਡੇ ਸਾਹਮਣੇ ਹੋਇਆ ਜੀ। ਠੀਕ ਹੈ, ਵੀ ਕਿਵੇਂ ਐਕਸੀਡੈਂਟ ਹੋ ਗਿਆ, ਕਿਵੇਂ ਦਰਖਤ ਦੇ ਵਿੱਚ ਵੱਜੀ ਆ ਕੇ ਟਰੱਕ? ਕਿਵੇਂ? ਹਾਂਜੀ, ਸਿੱਧਾ ਸਵਾਣੇ ਕੋਲੋਂ ਵੱਜੀ ਇਹ ਸਾਈਡ, ਸਿੱਧਾ ਮਾਰਿਆ ਇਹਨੇ ਟਰੱਕ। ਠੀਕ ਹੈ, ਵੀ ਆਪਣੀ ਅਲਗਰਜੀ ਨਾਲ ਹੋਇਆ ਐਕਸੀਡੈਂਟ? ਹਾਂਜੀ, ਅਲਗਰਜੀ ਨਾਲ ਹੋਈ ਜੀ, ਦਾਰੂ ਪੀਤੀ ਹੋਈ ਡਰਾਈਵਰ ਨੇ। ਅੱਛਾ, ਆਪਣੀ ਅਲਗਰਜੀ ਨਾਲ ਹੋਇਆ? ਹਾਂਜੀ ਹਾਂ, ਡਰਿੰਕ ਕੀਤੀ ਹੋਈ ਸੀ। ਠੀਕ ਹੈ ਠੀਕ ਹੈ, ਕੋਈ ਉਹਦਾ ਨੁਕਸਾਨ ਡਰਾਈਵਰ ਦਾ ਕੋਈ? ਨਾ ਜੀ, ਕੋਈ ਨੁਕਸਾਨ ਨਹੀਂ ਹੋਇਆ, ਉਹ ਅਸੀਂ ਸ਼ੀਸ਼ਾ ਫੁੱਟ ਕੇ ਸ਼ੀਸ਼ੇ ਵੀ ਦੀ ਕੱਢਿਆ। ਠੀਕ ਹੈ ਜੀ, ਠੀਕ ਹੈ। ਇੱਥੇ ਕੀ ਹੋਇਆ ਸੀਗਾ ਰਾਤ, ਕੀ ਵਾਰਦਾਤ ਹੋਈ ਹੈ ਜੀ? ਇਹ ਰਾਤ ਨਾ ਇੱਥੋਂ ਗੱਡੀ ਆ ਰਹੀ ਸੀ ਬਹੁਤ ਸਪੀਡ 'ਤੇ, ਠੀਕ ਹੈ, ਦਾਰੂ ਪੀਤੀ ਹੋਈ ਸੀ, 10:15 ਦਾ ਟਾਈਮ ਸੀ। ਠੀਕ ਹੈ ਜੀ। ਉਹਨੇ ਸਿੱਧੀ ਆ ਕੇ ਅਤੇ ਪੇਟੇ 'ਚ ਮਾਰੀ ਗੱਡੀ, ਬਹੁਤ ਦਾਰੂ ਦਾ ਰੱਜਿਆ ਹੋਇਆ ਸੀ,
ਠੀਕ ਹੈ ਜੀ। ਇਹ ਗੱਡੀ ਰਾਜਸਥਾਨ ਦੀ ਗੱਡੀ ਹੈ ਚੂਰੂ ਦੀ। ਠੀਕ ਹੈ ਜੀ। ਹਾਂ, ਮਾਲੀ ਨੁਕਸਾਨ ਕੋਈ ਨਹੀਂ ਹੋਇਆ ਨਾ ਜਾਨੀ ਹੋਇਆ, ਠੀਕ ਹੈ ਜੀ, ਬਚਤ ਰਹੇਗੀ। ਪਰ ਡਰਾਈਵਰ ਦਾਰੂ ਪੀਂਦੇ ਨੇ ਨਾ ਜਿਹੜੀ, ਠੀਕ ਹੈ, ਦਾਰੂ ਪੀ ਕੇ ਗੱਡੀਆਂ ਚਲਾਉਂਦੇ ਨੇ, ਮਾੜੀ ਗੱਲ ਹੈ ਨਾ। ਡਰਾਈਵਰ ਦੇ ਕੀ ਸੱਟਾਂ ਸੁੱਟਾਂ ਲੱਗੀਆਂ ਨੇ? ਕੋਈ ਸੱਟ ਨਹੀਂ ਲੱਗੀ ਡਰਾਈਵਰ। ਅੱਛਾ, ਉਹਦੀ ਆਪਣੀ ਲਾਪਰਵਾਹੀ ਕਰਕੇ ਇਹ ਹਾਦਸਾ ਹੋਇਆ? ਆਪਣੀ ਲਾਪਰਵਾਹੀ, ਬਹੁਤ ਜ਼ਿਆਦਾ ਲਾਪਰਵਾਹੀ ਦੀ, ਦਾਰੂ ਬਹੁਤ ਜ਼ਿਆਦਾ ਪੀਤੀ। ਠੀਕ ਹੈ ਜੀ, ਠੀਕ ਹੈ। ਜੋ ਇਹ ਟਰੱਕ ਡਰਾਈਵਰ ਹੈ, ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਮੈਨੂੰ ਰਾਤ ਬਿਲਕੁਲ ਹੀ ਨਹੀਂ ਦਿਖਿਆ, ਸਾਹਮਣੇ ਅੱਖਾਂ 'ਤੇ ਲਾਈਟਾਂ ਪੈ ਗਈਆਂ, ਲਾਈਟਾਂ ਪੈਣ ਕਰਕੇ ਮੇਰੇ ਤੋਂ ਹਾਦਸਾ ਵਾਪਰਿਆ ਗਿਆ ਹੈ ਇੱਥੇ।